एक प्रेमी जोड़े दे नाल दर्दनाक हादसा वापरिया है जिथे होटल दे एक कमरे विच ए प्रेमी जोड़ा ठहरिया होया सी तां उत्थे अग लग गई जिस करके प्रेमी जोड़ा उत्थे अग विच झुलस गया ते दोनों दी ही मौत हो गई है। दर्दनाक हादसा वापरिया है लुधियाना दे विच। लुधियाना दे बस स्टैंड दे नजदीक ही निजी होटल है जिस विच प्रेमी जोड़ा ठहरिया होया सी तां कमरे दे विच अग लग गई। अग लगन दे नाल ए प्रेमी जोड़ा अग दे विच झुलस गया ते थाए ही उन्हां दी मौत हो गई है। अग लगन दा कारण शॉर्ट सर्किट दस्या जा रहा है। सो वड्डी खबर सामने आ रही है लुधियाना तों जिथे बस स्टैंड दे नजदीक ही एक निजी होटल दे विच ए प्रेमी जोड़ा ठहरिया होया सी ते दोवां दी ही अग च झुलसन कारण मौत हुई है। इस होटल दे विच अचानक अग लग गई। अग लगन दे कारण ये प्रेमी जोड़ा जो होटल दे कमरे दे विच ठहरिया होया सी ओह भी बुरी तरह दे नाल झुलस गया ते उन्हां दी थाए ही जान निकल गई है। दस दी है कि फायर ब्रिगेड दीआं गड्डियां मौके ते पहुंचियां, अग ते काबू पाउण दी कोशिश भी कीती गई। इस दौरान पुलिस भी मौके ते पहुंची हुई है, लाशां नूं कब्जे च लिया जा रहा है। दस दी है लुधियाना दा ये होटल है, बस स्टैंड दे नजदीक ही होटल दे विच अग लगी है ते इस होटल दे विच ही एक प्रेमी जोड़ा भी ठहरिया होया सी। जदों होटल च अग लगी तां प्रेमी जोड़ा कमरे दे विच ही मौजूद सी। अग लगन तों बाद इन्हां नूं भज्जन दा राह नहीं मिलिया जिस करके दोवें ही अग दे विच झुलस गए। दोवां दी ही दर्दनाक मौत हो गई है। फायर ब्रिगेड दीआं गड्डियां दे वल्लों अग बुझाउण दी कोशिश कीती जा रही है ते उधर गल करिए तां पुलिस भी पहुंची हुई है। पुलिस दे वल्लों लाशां नूं कब्जे च लिया गया है, जांच पड़ताल कीती जा रही है क्योंकि हाले तक इस प्रेमी जोड़े दी पहचान नहीं हो सकी है कि दोवें कित्थों दे रहण वाले सन, पर ए होटल दे विच ठहरे हुए सन ते उसे दौरान ही ए हादसा वापरिया है कि शॉर्ट सर्किट दे कारण इत्थे होटल च अग लगी है। अग लगन दे कारण ये प्रेमी जोड़ा बुरी तरह दे नाल झुलस गया ते थाए ही इन्हां दी जान निकल गई है। ਸਾਨੂੰ ਇੰਟੀਮੇਸ਼ਨ ਮਿਲਿਆ ਕਿ ਇਸ ਹੋਟਲ 'ਚ ਜਿਹੜਾ ਹੈਗਾ ਰੋਇਲ ਗੈਸਟ ਹਾਊਸ ਹੈ ਇਹਦੇ 'ਚ ਸਵੇਰੇ ਅਰਲੀ ਮਾਰਨਿੰਗ ਕੋਈ ਸ਼ਾਰਟ ਸਰਕਟ ਕਰਨ ਅੱਗ ਲੱਗੀ ਹੈ। ਅਸੀਂ ਵੇਰੀਫਾਈ ਕਰ ਰਹੇ ਹਾਂ, ਬਾਕੀ ਅਸੀਂ ਮੌਕੇ ਇਹ ਦੋ ਤਿੰਨ ਬੰਦੇ ਨੂੰ ਕਹਿੰਦੇ ਕਿ ਹੋਸਪਿਟਲ ਭੇਜਿਆ ਸੀ, ਉੱਥੇ ਹੋਸਪਿਟਲ ਜਾ ਕੇ ਕਨਫਰਮ ਕਰ ਰਹੇ ਕਿ ਉਹਨਾਂ ਦੀ ਕੀ ਸਟੇਜ ਹੈ। ਫਿਲਹਾਲ ਤਾਂ ਅਸੀਂ ਇੱਥੇ, ਬਾਕੀ ਫਾਇਰ ਹੈਗੀ ਜਿਹੜੀ ਅੰਡਰ ਕੰਟਰੋਲ ਹੈ। ਸਰ ਕਿੰਨੀਆਂ ਕੁ ਗੱਡੀਆਂ ਲੱਗ ਗਈਆਂ ਅਤੇ ਕਿਹੜੇ ਹੋਸਪਿਟਲ ਭੇਜਿਆ ਜੀ? ਉਹ ਕਲੀਅਰ ਕਰ ਰਹੇ ਕਿ ਕਿਹੜੇ ਕਿਹੜੇ 'ਚ ਭੇਜਿਆ, ਅਸੀਂ ਵੇਰੀਫਾਈ ਕਰ ਰਹੇ ਕਿ ਕਿੱਥੋਂ ਇੰਟੀਮੇਸ਼ਨ ਆ ਰਹੀ ਸਾਨੂੰ। ਨਹੀਂ ਨਹੀਂ ਕਿੰਨੀਆਂ ਗੱਡੀਆਂ ਲੱਗੀਆਂ ਸਰ? ਹਾਂਜੀ ਗੱਡੀਆਂ ਕਿੰਨੀਆਂ ਲੱਗੀਆਂ? ਗੱਡੀਆਂ 8 ਵਜੇ ਇਹ ਸਭ ਤੋਂ ਪਹਿਲਾਂ ਸੀ ਇੰਟੀਮੇਸ਼ਨ, ਇੱਕ ਦੋ ਇੱਕ ਦੋ ਰੂਮਾਂ 'ਚ ਲੱਗੀ ਸੀ ਅਤੇ ਉਹਦੇ ਕਰਕੇ ਬਾਕੀ ਸਫੋਕੇਸ਼ਨ ਕਰਕੇ ਜਿਹੜਾ ਉਹ ਹੋਇਆ ਸੀ ਅਤੇ ਬਾਕੀ ਕਲੀਅਰ ਕਰ ਲਓ। ਫਿਲਹਾਲ ਜੀ ਹੋਟਲ ਬੰਦ ਕਰ ਦਿੱਤਾ ਗਿਆ? ਹਾਂ ਫਿਲਹਾਲ ਤਾਂ ਇਹਦੇ ਜੁਣ ਕੇ ਉਹ ਹੈਗੀ ਇਸ ਟਾਈਮ ਅੱਗ ਲੱਗਣ ਦਾ ਸ਼ੋਰਟ ਕਾਸਟ ਕਰ ਰਿਹਾ, ਪ੍ਰਿਕਾਸ਼ਨ ਦੇ ਤੌਰ 'ਤੇ ਹੋਟਲ ਬੰਦ ਕਰਵਾਇਆ। ਸਰ ਕਿੰਨੇ ਕਮਰੇ ਲੱਗੇ ਜੀ? ਕਮਰੇ ਉਹ ਦੇਖਣਾ, ਰਿਕਾਰਡ ਚੈੱਕ ਕਰਦੇ। ਬੱਸ ਸਟੈਂਡ ਦੇ ਕੋਲ ਰੋਇਲ ਗੈਸਟ ਹਾਊਸ ਹੈ ਹੋਟਲ, ਉਹਦੇ 'ਚ ਸਵੇਰੇ ਇੱਕ ਸਾਨੂੰ ਇੰਟੀਮੇਸ਼ਨ ਮਿਲਿਆ ਸੀ ਉਹਦੇ 'ਚ ਕੋਈ ਅੱਗ ਲੱਗੀ ਹੈ ਜਿਹਨੂੰ ਕੰਟਰੋਲ ਕਰ ਲਿਆ ਗਿਆ, ਕੋਈ ਬਾਕੀ ਹੋਰ ਕਿਸੇ ਨੂੰ ਹੋਟਲ ਜਾ ਆਸ ਪਾਸ ਦਾ ਕੋਈ ਨੁਕਸਾਨ ਨਹੀਂ ਹੋਇਆ। ਜਿਹ 'ਚ ਤਿੰਨ ਚਾਰ ਬੰਦਿਆਂ ਨੂੰ ਐਡਮਿਟ ਕਰਾਇਆ ਗਿਆ ਸੀ ਹੋਸਪਿਟਲ 'ਚ, ਜਿਹਨਾਂ ਦੀ ਦੋ ਦੀ ਡੈਥ ਹੋਈ ਹੈ, ਬੀ ਟੂ ਸਫੋਕੇਸ਼ਨ ਜਾਂ ਕਾਜ਼ ਆਫ ਡੈਥ ਹੈ, ਬਾਕੀ ਪਤਾ ਕਰਾਉਣਾ। ਨਹੀਂ ਬਰਨ ਇੰਜਰੀ ਨਾਲ ਦੀ ਹੋਈ ਹੈ, ਕੋਈ ਇੰਜਰੀ ਮਾਰਕ ਨਹੀਂ ਹੈ ਡਾਕਟਰ ਮੁਤਾਬਕ, ਜਸਟ ਸਫੋਕੇਸ਼ਨ ਦੇ ਉਸਦੇ ਹਿਸਾਬ ਦੇ ਪੈਣਾ। ਉਹ ਪੜਤਾਲ ਕਰ ਰਹੇ, ਉਹਨਾਂ ਦਾ ਰਿਕਾਰਡ ਚੈੱਕ ਕਰ ਰਹੇ ਹੈ ਕਿ ਕਿੰਨੇ ਉਸ ਟਾਈਮ ਕਿੰਨੇ ਕਮਰੇ ਰੂਮਸ ਲੱਗੇ ਹੋਏ ਸੀ ਅਤੇ ਕਿੰਨੇ ਬੰਦੇ ਸੀ ਅਤੇ ਬਾਕੀ। ਹਾਂ ਉਹਨਾਂ ਦਾ ਆਧਾਰ ਕਾਰਡ ਵਗੈਰਾ ਰਿਕਾਰਡ 'ਚ ਹੈਗੇ ਸੀ, ਉਹਨਾਂ ਨਾਲ ਫੈਮਿਲੀ ਨਾਲ ਕੰਟੈਕਟ ਕਰ ਰਹੇ ਆ ਅਤੇ ਉਹਨਾਂ ਨਾਲ ਜਿਵੇਂ ਕੰਟੈਕਟ ਹੋ ਗਿਆ ਵੈਸੇ ਉਹ ਆ ਰਹੇ ਆ। ਨਹੀਂ ਮੀਆਂ ਬੀਬੀ ਨਹੀਂ ਸੀ ਇੱਕ, ਅਤੇ ਹਤਾ ਅਡਡ ਸੀ ਅਤੇ ਮਗਰੋਂ ਫੈਮਿਲੀ ਨਾਲ ਕੰਟੈਕਟ ਕੀਤਾ। ਲੇਡੀਜ਼ ਲੋਕਲ ਸੀ ਅਤੇ ਮੁੰਡਾ ਅਦਰ ਸਟੇਟ ਦਾ ਸੀ। ਇਸ ਪਰ ਲਾ ਜੋ ਉਹਨਾਂ ਦੇ ਘਰਦੇ ਦੇ ਬਿਆਨ ਦੇ ਮੁਤਾਬਕ ਅਤੇ ਪੜਤਾਲ ਕਰਕੇ ਇਸ ਪਰ ਲਾ ਕਾਰਵਾਈ ਕੀਤੀ ਜਾਂਦੀ। ਸਰ ਪ੍ਰਾਇਮਰੀ ਇਨਵੈਸਟੀਗੇਸ਼ਨ ਤੋਂ ਇਹ ਲੱਗ ਰਿਹਾ ਕਿ ਜਿਵੇਂ ਕੋਈ ਸ਼ਾਰਟ ਸਰਕਟ ਹੋਇਆ ਉਹਦੇ ਨਾਲ ਅੱਗ ਲੱਗੀ ਆ, ਬਾਕੀ ਚੈੱਕ ਕਰਵਾਉਂਦੇ ਕਿ ਕੀ ਕੌਜ਼ ਆਫ ਡੈਥ ਸੀ। ਅਰਲੀ ਮੋਰਨਿੰਗ 5:30 ਦੇ ਕਰੀਬ ਅੱਧੇ ਘੰਟੇ 'ਚ ਕੰਟਰੋਲ ਹੋ ਗਈ ਸੀ, ਹੋਰ ਕੋਈ ਆਸ ਪਾਸ ਦੀ ਬਿਲਡਿੰਗ ਕਿਸੇ ਨੂੰ ਨੁਕਸਾਨ ਨਹੀਂ ਹੋਇਆ।